ਅੱਜ ਜੋ ਕੇਂਦਰੀ ਬਜਟ ਪੇਸ਼ ਕੀਤਾ ਗਿਆ ਤੇ ਅਗਾਉਂ ਸਾਲ ਦਾ ਜਿਹੜਾ ਕਿ ਇਲੈਕਸ਼ਨ ਈਅਰ ਹੈ ਉਹਦੇ ਵਿੱਚ ਜਿਸ ਉੱਤੇ ਜ਼ਿਆਦਾ ਤਮਗਜੇ ਮਾਰੇ ਜਾ ਰਹੇ ਸੀਗੇ ਹੈਲਥ ਸੈਕਟਰ ਦੇ ਉੱਤੇ, ਜੇ ਉਹਦੇ ਅੰਕੜੇ ਵੇਖੀਏ ਤਾਂ ਉਹ ਸਮਝ ਨਹੀਂ ਆ ਰਹੀ ਵੀ ਇਹ ਸਰਕਾਰ ਕੀ ਕਰਨਾ ਚਾਹ ਰਹੀ ਹੈ। 37,000 ਕਰੋੜ ਦੇ ਲਗਭਗ ਐਲੋਕੇਸ਼ਨ ਸੀਗੀ, ਅਖੀਰ ਰਿਵਾਈਜ਼ ਐਸਟੀਮੇਟ ਕਰਕੇ ਉਹਨੂੰ 33,000 ਕਰੋੜ ਕਰ ਦਿੱਤਾ ਗਿਆ। ਪ੍ਰਾਈਮ ਮਿਨਿਸਟਰ ਦਾ ਹੈਲਥ ਇਨਫਰਾਸਟ੍ਰਕਚਰ ਲਈ ਜਿਹੜਾ ਫੰਡ ਜਨਰੇਟ ਕੀਤਾ ਸੀ ਉਹ 4,000 ਕਰੋੜ ਤੋਂ ਵੱਧ ਸੀ ਅਤੇ ਲੱਗੇ ਕਿੰਨੇ 1,800 ਕਰੋੜ ਦੇ ਕੋਲ। ਹੁਣ ਗਾਂਹ ਅੱਗੇ ਕੀ ਇਹਦੇ ਤੋਂ ਸੇਧ ਲੈਣਗੇ। ਹੁਣ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਆ ਉਹਨੇ ਇੰਨਾ ਕਾਰੋਬਾਰ ਕਰਨਾ ਜਿਹਦੇ ਉੱਤੇ ਅੰਤਲਾ ਜਿਹੜਾ ਆਖਰੀ ਹੈਗਾ ਹੈ ਪ੍ਰੋਗਰਾਮ ਉਹਦੇ 'ਤੇ ਡਿਪੈਂਡ ਕਰਦਾ, ਅਤੇ ਜੇ ਉਹਦੇ 'ਚ ਇੰਨੀ ਜ਼ਿਆਦਾ 37,000 ਤੋਂ 33,000 ਕਰੋੜ 'ਤੇ ਲੈ ਆਉਂਦੀ ਗਈ ਹੈ ਉਹਦੀ ਐਲੋਕੇਸ਼ਨ, ਅਤੇ ਹੈਲਥ ਸਰਵਿਸਿਜ਼ ਮੇਨਟੇਨ ਕਿੱਦਾਂ ਕਰੋਗੇ।